ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫੈਸਲਾ ਕੀਤਾ ਸੀ ਕਿ ਹੁਣ ਰਜਿਸਟਰੀਆਂ ਜਿਹੜੀਆਂ ਨੇ ਉਹ ਤਹਿਸੀਲਾਂ ਦੇ ਵਿੱਚ ਨਹੀਂ ਹੋਣਗੀਆਂ ਪਿੰਡਾਂ ਚ ਹੋਣਗੀਆਂ ਘਰਾਂ ਚ ਹੋਣਗੀਆਂ ਤੇ ਸਰਕਾਰ ਦੇ ਮੁੱਖ ਮੰਤਰੀ ਦੇ ਉਸ ਫੈਸਲੇ ਤੇ ਹੁਣ ਅਫਸਰਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਹੁਣ ਜਿਹੜੀਆਂ ਘਰ ਦੀਆਂ ਰਜਿਸਟਰੀਆਂ ਨੇ ਉਹ ਤਹਿਸੀਲ ਦੇ ਵਿੱਚ ਨਹੀਂ ਹੋ ਰਹੀਆਂ ਬਲਕਿ ਤਹਿਸੀਲਦਾਰ ਤੇ ਜਾਂ ਫਿਰ ਨਾਇਬ ਤਹਿਸੀਲਦਾਰ ਘਰਾਂ ਚ ਜਾ ਕੇ ਮਕਾਨਾਂ ਦੀਆਂ ਫਲੈਟਾਂ ਦੀਆਂ ਰਜਿਸਟਰੀਆਂ ਕਰ ਰਹੇ ਨੇ ਸ਼ੁਰੂਆਤ ਹੋਈ ਹੈ ਡੇਰਾ ਬੱਸੀ ਤੋਂ ਡੇਰਾ ਬੱਸੀ ਦੇ ਨਾਇਬ ਤਹਿਸੀਲਦਾਰ ਨੇ ਇੱਕ ਘਰ ਦੇ ਵਿੱਚ ਜਾ ਕੇ ਰਜਿਸਟਰੀ ਕੀਤੀ ਆ ਪੰਜਾਬ ਸਰਕਾਰ ਵੱਲੋਂ ਜਿਹੜੇ ਘਰ-ਘਰ ਜਾ ਕੇ ਜਿਹੜੀਆਂ ਰਜਿਸਟਰੀਆਂ ਕਰਨ ਦੀ ਜਿਹੜੀ ਯੋਜਨਾ ਸ਼ੁਰੂ ਕੀਤੀ ਗਈ ਸੀ ਉਸ ਦੇ ਤਹਿਤ ਡੇਰਾ ਬੱਸੀ ਦੇ ਨਾਇਬ ਤਹਿਸੀਲਦਾਰ ਦੀਪਕ ਭਾਰਤਵਾਦ ਵੱਲੋਂ ਇੱਕ ਪਰਿਵਾਰ ਦੇ ਘਰ ਜਾ ਕੇ ਪਲਾਟ ਦੀ ਰਜਿਸਟਰੀ ਕੀਤੀ ਗਈ ਹੈ ਨਾਇਬ ਤਹਿਸੀਲਦਾਰ ਪ੍ਰਿੰਟਰ ਸਨੇਹ ਹੋਰ ਲੜਿੰਦਾ ਸਮਾਨ ਲੈ ਕੇ ਖਪਤਕਾਰ ਦੇ ਘਰ ਪਹੁੰਚੇ ਤੇ ਮੌਕੇ ਤੇ ਉਹਨਾਂ ਦੀ ਰਜਿਸਟਰੀ ਕੀਤੀ ਉਹਨਾਂ ਦੇ ਨਾਲ ਬਾਕੀ ਸਟਾਫ ਵੀ ਹਾਜ਼ਰ ਸੀ ਦੂਜੇ ਪਾਸੇ ਡੇਰਾ ਬਸੀ ਤਹਿਸੀਲ ਵਿੱਚ ਰਜਾਨਾ 20 ਤੋਂ 30 ਦੇ ਕਰੀਬ ਰਜਿਸਟਰੀਆਂ ਹੁੰਦੀਆਂ ਨੇ ਇੰਨੇ ਲੋਕਾਂ ਦੇ ਘਰ ਤਹਿਸੀਲਦਾਰ ਕਿਵੇਂ ਜਾ ਕੇ ਰਜਿਸਟਰੀ ਕਰੇਗਾ ਇਹ ਵੀ ਸਵਾਲ ਉੱਠਣ ਉੱਠਣ ਗਿਆਉਣ ਵਾਲੇ ਸਮੇਂ ਚ ਲੇਕਿਨ ਫਿਲਹਾਲ ਸਰਕਾਰ ਦਾ ਜਿਹੜਾ ਫੈਸਲਾ ਹੈ ਕਿ ਜਿਹੜੇ ਤਹਿਸੀਲਦਾਰ ਜਾਂ ਨਾ ਤਹਿਸੀਲਦਾਰ ਜਿਹੜੀਆਂ ਘਰਾਂ ਦੀਆਂ ਥਾਵਾਂ ਦੀਆਂ ਪਲਾਟਾਂ ਦੀਆਂ ਰਜਿਸਟਰੀਆਂ ਉਹ ਘਰਾਂ ਜਾਂ ਚ ਵੀ ਜਾ ਕੇ ਕਰਿਆ ਕਰਨਗੇ ਇਹਦੇ ਵਾਸਤੇ ਜਿਹੜੀ ਸ਼ੁਰੂਆਤ ਹੋਈ ਆ ਇਸ ਮਸਲੇ 'ਚ ਨਾਇਬ ਤਸਿਲਾਰ ਕਹਿੰਦੇ ਕਿ ਸਬੰਧਤ ਜਿਹੜਾ ਖਰੀਦਦਾਰ ਆ ਉਹਨਾਂ ਨੇ ਰੂਟੀਨ ਵਿੱਚ ਆਨਲਾਈਨ ਰਜਿਸਟਰੀ ਲਈ ਅਰਜੀ ਦਿੱਤੀ ਸੀ ਇਸ ਮਗਰੋਂ ਉਹਨਾਂ ਨੇ ਆਪਣੇ ਪੱਧਰ ਤੇ ਸਬੰਧਤ ਵਿਅਕਤੀ ਦੀ ਚੋਣ ਕਰਕੇ ਉਸਦੇ ਘਰ ਜਾ ਕੇ ਰਜਿਸਟਰੀ ਕੀਤੀ ਆ ਮਾਲ ਵਿਭਾਗ ਵੱਲੋਂ ਰੋਜ਼ਾਨਾ ਕਿੰਨੀਆਂ ਰਜਿਸਟਰੀਆਂ ਕਰਦੇ ਸਵਾਲ ਵਿੱਚ ਉਹਨਾਂ ਕਹਿੰਿਆ ਕਿ ਦਸਤਾਵੇਜ਼ ਦੀ ਜਾਂਚ ਕਰਨ ਮਗਰੋਂ ਹੀ ਇਸ ਦਾ ਫੈਸਲਾ ਮਾਲ ਵਿਭਾਗ ਵੱਲੋਂ ਲਿਆ ਜਾਏਗਾ ਲੇਕਿਨ ਇਹ ਸਰਕਾਰ ਦਾ ਹੀ ਫੈਸਲਾ ਕਿ ਹੁਣ ਤਹਿਸੀਲਾਂ ਦੇ ਵਿੱਚ ਰਜਿਸਟਰੀਆਂ ਨਹੀਂ ਪਿੰਡਾਂ 'ਚ ਜਾ ਕੇ ਹੋਣਗੀਆਂ ਘਰਾਂ 'ਚ ਜਾ ਕੇ ਹੋਣਗੀਆਂ ਸ਼ੁਰੂਆਤ ਡੇਰਾ ਬੱਸੀ ਤੋਂ ਹੋਈਆ ਹੋ ਸਕਦਾ ਕਿ ਪੰਜਾਬ ਦੇ ਹੋਰ ਨਾ ਵੀ ਤਹਿਸੀਲਦਾਰਾਂ ਜਾਂ ਨਾ ਤਹਿਸੀਲਦਾਰ ਵੱਲੋਂ ਪਿੰਡ ਦੀਆਂ ਸੱਤਾਂ 'ਚ ਜਾ ਕੇ ਜਾਂ ਘਰਾਂ 'ਚ ਜਾ ਕੇ ਰਜਿਸਟਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੋਣਗੀਆਂ ਲੇਕਿਨ ਕਿਉਂਕਿ ਜਿਹੜਾ ਡੇਰਾ ਬੱਸੀ ਜਾਂ ਜੀਰਕਪੁਰ ਦੀ ਗੱਲ ਕੀਤੀ ਜਾਵੇ ਮਹਾਲੀ ਦੀ ਗੱਲ ਕੀਤੀ ਜਾਂ ਖਰੜਨ ਦੀ ਗੱਲ ਕੀਤੀ ਜਾਵੇ ਕਿਉਂਕਿ ਇੱਥੇ ਬਹੁਤ ਜ਼ਿਆਦਾ ਲੋਕਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ ਇੱਕ ਅ ਇੱਥੇ ਵਸੋਂ ਵਿੱਚ ਕਾਫੀ ਹੋ ਰਹੀ ਕਿਉਂਕਿ ਚੰਡੀਗੜ੍ਹ ਕਰਕੇ ਨੇੜੇ ਤੇੜੇ ਹਰ ਕੋਈ ਰਹਿਣਾ ਚਾਹੁੰਦਾ ਹੈਗਾ ਇੱਥੇ ਰਜਾਨਾ ਮਕਾਨਾਂ ਦੀ ਪਲਾਟਾਂ ਦੀ ਫਲੈਟਾਂ ਦੀ ਜਿਹੜੀ ਵੇਚਣ ਦੀ ਪ੍ਰਕਿਰਿਆ ਖਰੀਦਣ ਦੀ ਪ੍ਰਕਿਰਿਆ ਬਾਕੀ ਪੰਜਾਬ ਦੇ ਮੁਕਾਬਲੇ ਇੱਥੇ ਜਿਆਦਾ ਤੇਜ਼ੀ ਨਾਲ ਤੇ ਜਿਆਦਾ ਗਿਣਤੀ ਦੇ ਨਾਲ ਪਲਾਟ ਘਰ ਵਿਕਰੇ ਨੇ ਤੇ ਵੇਚੇ ਜਾ ਰਹੇ ਨੇ ਇਸ ਮਸਲੇ 'ਚ ਅਸੀਂ ਨਾਇਬ ਤਹਿਸੀਲਦਾਰ ਦੀਪਕ ਭਾਰਤਵਾਦ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਉਹ ਜਿਹੜੇ ਇੰਟਰਵਿਊ ਆ ਉਹ ਅਸੀਂ ਤੁਹਾਡੇ ਨਾਲ ਵੀ ਸਾਂਝੀ ਕਰ ਰਹੇ ਹਾਂ ਸਰਕਾਰ ਦੀ ਜਿਹੜੀ ਪਾਲਿਸੀ ਹੈ ਕਿ ਘਰ ਘਰ ਜਾ ਕੇ ਰਜਿਸਟਰੀ ਕਰ ਕੀਤੀ ਤੁਸੀਂ ਕੱਲ ਡੇਰਾ ਬੱਸੀ ਕੀ ਕਿਵੇਂ ਕੀ ਪ੍ਰੋਸੀਜਰ ਕੀ ਹੈਗਾ ਜੀ ਪੂਰਾ ਇਹਦਾ ਸਰ ਪੇਪਰ ਜਿੰਨ ਦਾ ਉਹ ਤੁਸੀਂ ਮੰਨ ਲਿਆ ਤਾਂ ਕੋਈ ਕਹਿ ਸ਼ਾਇਦ ਇਹ ਜਿਹੜੀ ਧਾਰਾ ਕਿ ਕਰੋ ਜੀ ਮੈਂ ਉਹ ਡਾਕੂਮੈਂਟ ਸਾਰੇ ਚੈੱਕ ਕਰ ਲਏ ਵੀ ਸਾਰੇ ਠੀਕ ਨੇ ਜੀ ਦੱਸਿਆ ਕਰਦਾ ਹੈ ਓਕੇ ਓਕੇ ਕੋਈ ਸਪੈਸ਼ਲ ਤੇ ਨਹੀਂ ਆਦੇਸ਼ ਹੈ ਕਿ ਸਰਕਾਰ ਵੱਲੋਂ ਜਾਂ ਸਰਕਾਰ ਦੇ ਆਦੇਸ਼ ਆਏ ਜੀ ਨਵੇਂ ਨਹੀਂ ਉਹ ਸੀਐਮ ਸਾਹਿਬ ਨੇ ਇਤਿਹਾਸ ਹੈ ਨਾ ਜਿੱਦ ਕਰਤਾ ਲਾ ਕੇ ਜਿਸ ਕਾਰਨ ਬਣਿਆ ਨਾ ਉਹ ਉਹ ਸੇ ਦਿੱਤਾ ਹੈ ਜੀ ਜੀ ਹੂੰ ਹੁਣ ਆਪਾਂ ਹੁਣ ਤੱਕ ਡੇਰਾ ਬਸੇ ਚ ਕਿੰਨੇ ਕਰ ਚੁੱਕੇ ਇਸ ਤਰ੍ਹਾਂ ਕਰ ਕਰ ਜਾ ਕੇ ਜੀ ਹਾਂ ਤਾਂ ਕੱਲ ਪਹਿਲੇ ਹੀ ਸੀ ਅੱਛੇ ਤੇ ਕੋਈ ਟੈਕਨੀਕਲ ਪ੍ਰੋਬਲਮ ਤਾਂ ਨਹੀਂ ਆndi ਜੀ ਜਿਵੇਂ ਤੁਹਾਨੂੰ ਜਦੋਂ ਜਦੋਂ ਕੁਝ ਨਹੀਂ ਆਇਆ ਬਸ ਐਵੇਂ ਸਾਰਾ ਕੁਝ ਉਹਨਾਂ ਦੇ ਘਰੇ ਉਸਾਲ ਕੇ ਕਰਤਾ ਸੀ ਜੀ ਹਾਂ ਉਹਦੇ ਡਿਲੀਵਰ ਕਰਿਆ ਸੀ ਅੱਛੇ ਨਹੀਂ ਤੇ ਨੈਟ ਵਗੈਰੇ ਤੇ ਇੰਟਰਨੈਟ ਦੀ ਤਾਂ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੋਗੀ ਉਹ ਕਹਿੰਦੇ ਆ ਨਹੀਂ ਕੋਈ ਕੋਈ ਜੀ ਨਹੀਂ ਉਹ ਇਹਲਾ ਹੋਣਾ ਤੇ ਇਹਦੇ ਵਾਸਤੇ ਕੋਈ ਸਰਕਾਰ ਨੇ ਫਿਰ ਐਕਸਟਰਾ ਫੀਸ ਵੀ ਰੱਖੀ ਹੈਗੀ ਜੀ ਨਹੀਂ ਉਹ ਨਹੀਂ ਇਹਦੇ ਲਈ ਕੋਈ ਸਾਰਾ ਹੋ ਜਾਂਦਾ ਕੋਈ ਅਸੀ ਗੱਲ ਹਲੇ ਕੋਈ ਇਨਸਟ੍ਰਕਸ਼ਨ ਆਈ ਤੇ ਰਿਗਾਰਡਿੰਗ ਆਈਆਂ ਨੂੰ ਆਈਆਂ ਤਾਂ ਤੁਹਾਨੂੰ ਦੇ ਦਾਂਗੇ ਅੱਛਾ ਇੱਕ ਹੋਰ ਮੈਨੂੰ ਦੱਸਿਓ ਸਰ ਕਿ ਜਿਵੇਂ ਫੋਟੋ ਉਹਦੇ ਚ ਮਾਲੂ ਤੁਹਾਡੀ ਆ ਗਈ ਪਿੱਛੇ ਗਵਾਮਾਂ ਦੀ ਵੀ ਫਿਰ ਉਸੇ ਘਰ ਜਾਂਦੇ ਜਿਹਦਾ ਨੰਬਰਦਾਰ ਹੋ ਗਿਆ ਜਾਂ ਕੁਝ ਹਾਂਜੀ 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 ਨੰਬਰਦਾਰ ਗਵਾ ਉਸੇ ਕਰਦੇ ਤੇ ਜਿਹੜੀ ਜਿੱਥੇ ਕਿਸੇ ਨੇ ਕਿਸੇ ਸੋਸਾਇਟੀ ਤੋਂ ਜਗ੍ਹਾ ਲਈ ਹੋਵੇ ਪਲਾਟ ਲਿਆ ਹੋਵੇ ਫਲੈਟ ਉਹ ਦਾ ਮਾਲਕ ਵੀ ਕਿਉਂ ਆਥੋਰਾਈਜ਼ ਕਰ ਦਿੰਦੇ ਕਿਸੇ ਨੂੰ ਹਾਂ ਦੇਖੋ ਪਰਚੇਜ਼ਰ ਦੀ ਜਗ੍ਹਾ ਤਾਂ ਕੋਈ ਆਥੋਰਾਈਜ਼ ਕਰ ਸਕਦਾ ਹੈ ਹੈਨਾ ਜੀ ਉਹ ਕੋਈ ਸੋਸ ਠੀਕ ਹੈ ਮਤਲਬ ਇਹ ਹੁੰਦਾ ਡ ਰੂਟੀਨ ਵਾਲਾ ਪ੍ਰੋਸੈਸ ਸ਼ੁਰੂ ਹੋ ਗਿਆ ਜੇ ਕੋਈ ਕਹਿੰਦਾ ਕਿ ਮੈਂ ਘਰ ਆ ਕੇ ਆਹ ਕਰਤਾ ਸੀ ਤਾਂ ਹੁੰਦੇ ਕੋਈ ਜਾਨ ਕਿੰਨਾ ਕੁ ਰਿਸਪੌਂਸ ਆਉਂਦਾ ਹੈ ਇਦਨੇ ਬਰਡਨ ਕੇ ਵਾਅਦੇ ਦਾ ਕਿ ਘਟਦਾ ਜੀ ਇਸ ਨਾਲ ਇਸ ਪ੍ਰਕਿਰਿਆ ਨਾਲ ਕੋਈ ਕੋਈ ਦੇਖੋ ਵੀ ਘਰ ਜਾ ਕੇ ਕਰਕੇ ਆਏ ਆ ਜੀ ਹਾਂ ਇਸ ਸਾਰਾ ਸਟਾਫ ਉੱਥੇ ਜਾਂਦਾ ਹੈ ਜੀ ਹਾਂ ਵੈਸੇ ਰੁਟੀਨ ਚ ਆਪਣੇ ਡੇਰਾ ਬਸੀ ਕਿੰਨੀਆਂ ਹੋ ਜਾਂਦੀਆਂ ਸਰ ਰਜਿਸਟਰੀ ਡੇਲੀ ਕੁਝ ਆਈਡੀਆ ਆ ਬੀ ਕੰਕ੍ਰੀਟਲੀ ਅੱਛੀ ਮਤਲਬ ਇਹ ਤੋਂ ਸ਼ੁਰੂ ਹੋ ਗਿਆ ਜੇ ਕਿ ਕਿਸ ਨੇ ਫਿਰ ਉਹ ਰਿਟਰਨ ਐਪਲੀਕੇਸ਼ਨ ਦੇਣੀ ਪੈਂਦੀ ਹੈਗੀ ਹੈ ਕਿ ਮੈਂ ਘਰ ਆਪਣੀ ਰਜਿਸਟਰੀ ਕਰਵਾਉਣਾ ਚਾਹੁੰਦਾ ਹਾਂ ਜੀ ਕੋ ਹਾਂ ਕੋਈ ਕਹ ਦੇ ਜੀ ਸਾਡੇ ਘਰ ਘਰ ਤੋਂ ਜਾ ਕੇ ਮਤਲਬ ਕਾਗਜ਼ ਪੱਤਰ ਸਾਰੇ ਪੂਰੇ ਹੋਣੇ ਚਾਹੀਦੇ ਹਾਂ ਹਾਂ ਜੀ ਹਾਂ ਜੀ ਹਾਂ ਬਿਲਕੁਲ ਉਹ ਪਹਿਲਾਂ ਤੁਹਾਨੂੰ ਨਾਲ ਭੇਜਦਾ ਜੀ ਜਿਹੜਾ ਵੀ ਖਰੀਦਦਾਰ ਹੈਗਾ ਜੀ ਮੈਂ ਸਾਰੀ ਡਾਕੂਮੈਂਟ ਪਹਿਲਾਂ ਚੈੱਕ ਕਰਦੇ ਹਾਂ ਆਨਲਾਈਨ ਕੀ ਹੋ ਰਿਹਾ 20 ਵਗੈਰਾ ਕੱਟੀ ਹੁੰਦੀ ਹੈ ਹੋਰ ਤੇ ਉਹ ਸਾਰਾ ਚੈੱਕ ਕਰਕੇ ਫੇਕੋ ਚਲੋ ਬਾਬਾ ਵਧੀਆ ਜੀ ਮਿਹਰਬਾਨੀ ਥੈਂਕ ਯੂ ਜੀ ਸਰਕਾਰ ਦਾ ਫੈਸਲਾ ਪੰਜਾਬ ਸਰਕਾਰ ਦਾ ਫੈਸਲਾ ਲੋਕ ਸਵਾਗਤ ਵੀ ਕਰ ਰਹੇ ਅਗੇ ਨੇ ਕਿ ਹੁਣ ਲੋਕਾਂ ਨੂੰ ਤਹਿਸੀਲ ਦੇ ਵਿੱਚ ਆ ਕੇ ਆਪਣੀਆਂ ਰਜਿਸਟਰੀਆਂ ਚਾਹੇ ਉਹਨਾਂ ਦਾ ਪਲਾਟ ਆ ਜਾਂ ਫਲੈਟ ਆ ਜਾਂ ਘਰ ਆ ਜਾਂ ਕਮਰਸ਼ੀਅਲ ਆ ਨਹੀਂ ਕਰਾਉਣੀਆਂ ਪੈਣਗੀਆਂ ਹੁਣ ਸਵਾਲ ਹੈ ਕਿ ਇਹ ਵੀ ਆ ਕਿ ਇੱਕ ਪਿੰਡ ਦੇ ਵਿੱਚ ਕੀ ਹਰ ਰੋਜ਼ ਕੋਈ ਇੱਕ ਰਜਿਸਟਰੀ ਹੁੰਦੀ ਜਾਂ ਨਹੀਂ ਹੁੰਦੀ ਜਾਂ ਫਿਰ ਮਾਲ ਵਿਭਾਗ ਅਜਿਹਾ ਕੋਈ ਚੈਨਲ ਅਪਣਾਊਗਾ ਕਿ ਜੇ ਪਿੰਡਾਂ ਦੇ ਵਿੱਚ ਜਾ ਕੇ ਰਜਿਸਟਰੀਆਂ ਕਰਨੀਆਂ ਹੈਗੀਆਂ ਤੇ ਕੀ ਫਿਰ ਇਦਾਂ ਦੇ ਕੋਈ ਜ਼ੋਨ ਬਣਾਏ ਜਾਣਗੇ ਕਿ ਪੰਜ ਪੰਜ ਪਿੰਡਾਂ ਨੂੰ ਇੱਕ ਦਿਨ ਦਿੱਤਾ ਜਾਊਗਾ ਕਿ ਸੋਮਵਾਰ ਇੱਥੇ ਹੋਏਗੀ ਮੰਗਲਵਾਰ ਇੱਥੇ ਹੋਏਗੀ ਜਾਂ ਫਿਰ ਕੱਲੇ-ਕੱਲੇ ਘਰ ਜਾ ਕੇ ਕਿ ਜਿਹੜੀਆਂ ਰਜਿਸਟਰੀਆਂ ਕਰਨੀਆਂ ਹੈਗੀਆਂ ਇਹ ਮਾਲ ਵਿਭਾਗ ਵਾਸਤੇ ਆਸਾਨੀ ਵਾਲਾ ਕੰਮ ਆ ਜਾਂ ਫਿਰ ਦੁੱਧਾ ਵਾਲਾ ਕੰਮ ਆ ਇਹ ਵੀ ਇੱਕ ਆਪਣੇ ਆਪ ਚ ਸਵਾਲ ਹੈ ਲੇਕਿਨ ਸਰਕਾਰ ਦਾ ਜਿਹੜਾ ਫੈਸਲਾ ਕਿਉਂਕਿ ਅਫਸਰਾਂ ਨੂੰ ਮੰਨਣਾ ਪੈਂਦਾ ਹੈਗਾ ਤੇ ਉਹ ਮੰਨਣਾ ਸ਼ੁਰੂ ਕਰ ਦਿੱਤਾ ਹੈਗਾ ਤੇ ਲੋਕਾਂ ਨੂੰ ਵੀ ਰਾਹਤ ਆ ਔਰ ਸਭ ਤੋਂ ਵੱਡੀ ਘਰ ਤੇ ਜਾ ਕੇ ਰਜਿਸਟਰੀ ਕਰਨੀ ਹੈਗੀ ਇਹ ਆਪਣੇ ਆਪ ਚ ਇੱਕ ਵੱਡੀ ਗੱਲ ਹੈ ਔਰ ਇੱਕ ਜਿਵੇਂ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਲੋਕ ਹਿੱਤ ਚ ਲੈ ਕੇ ਨੂੰ ਲੈ ਕੇ ਫੈਸਲੇ ਲੈ ਰਹੇ ਨੇ ਉਹਨਾਂ ਫੈਸਲਿਆਂ ਦੇ ਵਿੱਚੋਂ ਇੱਕ ਇਹ ਵੀ ਫੈਸਲਾ ਕਿ ਜਿਸ ਨੇ ਵੀ ਹੁਣ ਪੰਜਾਬ ਚ ਵਸਿੰਦੇ ਨੇ ਪਿੰਡ ਚ ਸ਼ਹਿਰ ਚ ਕਸਬੇ ਚ ਘਰ ਲੈਣਾ ਪਲਾਟ ਲੈਣਾ ਜਾਂ ਫਲੈਟ ਲੈਣਾ ਜਾਂ ਕੋਈ ਕਮਰਸ਼ੀਅਲ ਥਾਂ ਵਾ ਦੁਕਾਨਾ ਸ਼ੋਰੂਮ ਆ ਅਗਰ ਉਹ ਪੂਰੀ ਪ੍ਰਕਿਰਿਆ ਅਪਣਾਉਂਦਾ ਹੈਗਾ ਪੂਰਾ ਕਾਗਜ਼ ਪੱਤਰਾ ਪੈਸੇ ਭਰੇ ਆਗੇ ਨੇ ਫਿਰ ਉਹਨੂੰ ਕਚੈਰੀ ਜਾਂ ਤਹਿਸੀਲ ਚ ਜਾਣ ਦੀ ਕੋਈ ਲੋੜ ਨਹੀਂ ਹੈਗੀ ਖੁਦ ਨਾਇਬ ਤਹਿਸੀਲਦਾਰ ਜਾਂ ਤਹਿਸੀਲਦਾਰ ਤੁਹਾਡੇ ਘਰ ਆ ਕੇ ਰਜਿਸਟਰੀ ਕਰੇਗਾ ਸ਼ੁਰੂਆਤ ਹੋ ਚੁੱਕੀ ਆ ਸਰਕਾਰ ਦਾ ਇਹ ਚੰਗਾ ਫੈਸਲਾ ਵੀ ਆ ਲੋਕੀਤ ਫੈਸਲਾ ਵੀ ਆ ਦੇਖਦੇ ਆ ਕਿ ਇਹ ਫੈਸਲਾ ਆਉਣ ਵਾਲੇ ਸਮੇਂ ਚ ਕਿੰਨਾ ਕਾਮਯਾਬ ਹੁੰਦਾ ਉਹ ਸਭ ਤੋਂ ਵੱਡਾ ਚੁਣੌਤੀ ਹੋਏਗੀ ਫਿਲਹਾਲ ਤੁਹਾਡਾ ਬਹੁਤ ਸ਼ੁਕਰੀਆ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ